ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਰੀ ਮੁਹਿੰਮ ਦੇ ਤਹਿਤ ਸ੍ਰੀ ਦਰਪਨ ਆਲੂਵਾਲੀਆ IPS ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਆਧਾਰ ਤੇ ਪਿੱਛੇ ਇੱਕ ਲੇਡੀ ਦਲਜੀਤ ਕੌਰ ਉਸ ਨੂੰ ਅਰੈਸਟ ਕੀਤਾ ਸੀ, ਜਿਸ ਤੋਂ 50 ਗ੍ਰਾਮ ਆ ਜਿਹੜੀ ਹੀਰੋਇਨ ਬਰਾਮਦ ਹੋਈ ਸੀ। ਉਹਦੇ ਫਰਦਰ ਲਿੰਕੇਜ ਦੇ ਵਿੱਚ ਇੱਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਗ੍ਰਿਫਤਾਰ ਕੀਤਾ। ਉਸ ਅਰਸ਼ਦੀਪ ਦੀ ਫਰਦਰ ਸਾਇੰਟੀਫਿਕਲੀ ਉਹਦੇ ਲਿੰਕਸ ਨੂੰ ਅਸੀਂ ਡਿਵੈਲਪ ਕਰਦੇ ਹੋਏ ਇਹ ਗੱਲ ਨਵੀਂ ਪਤਾ ਲੱਗੀ ਕਿ ਇਹਨਾਂ ਦਾ ਗਾਂ ਇੱਕ ਪਿੱਛੇ ਹੋਰ ਗੁਰਬਖਸ਼ ਲਾਲਾ ਵਾਸੀ ਛਿਆਟਾ, ਇਹ ਤਿੰਨੇ ਜਿਹੜੇ ਹੈਗੇ ਨੇ ਛਿਆਟਾ ਦੇ ਵਾਸੀ ਨੇ। ਉਹ ਗੁਰਬਖਸ਼ ਲਾਲਾ ਜਿਹੜਾ ਇਹਨਾਂ ਦਾ ਕਿੰਗ ਪਿੰਨ ਨਿਕਲਿਆ, ਜੋ ਕਿ ਪਾਰ ਪਾਕਿਸਤਾਨ ਦੇ ਵਿੱਚ ਵੀ ਕੰਟੈਕਟ ਰੱਖਦਾ, ਉਤੋਂ ਉਹ ਹੀਰੋਇਨ ਆਈਸ ਜਿਹਨੂੰ ਮੈਟਾਫੀਥਾਮਾਈਨ ਕਹਿ ਦਿੰਦੇ ਨੇ ਉਹ ਲਿਆ ਕੇ ਇੱਧਰ ਸਪਲਾਈ ਕਰਦਾ। ਉਸ ਲੜੀ ਦੇ ਤਹਿਤ ਸ੍ਰੀ ਦਰਪਨ ਆਲੂਵਾਲੀਆ ਦੀ ਨਿਗਰਾਨੀ ਹੇਠ ਸਾਡੀ ਪੁਲਿਸ ਪਾਰਟੀ ਨੇ 1 ਕਿਲੋ ਆਈਸ, 2 ਕਿਲੋ ਹੀਰੋਇਨ ਤੇ 520 ਗ੍ਰਾਮ ਪ੍ਰਕਰਸਰ ਜਿਹੜਾ ਕਿ ਸੂਡੋਫੈਡਰੀਨ ਦਾ ਹੁੰਦਾ ਕੈਮੀਕਲ ਹੁੰਦਾ, ਉਹ ਜਿਹੜਾ ਰਿਕਵਰ ਕੀਤੇ ਆ। ਉਹ ਰਿਕਵਰ ਕਰਕੇ ਇਹ ਜਿਹੜਾ ਇੱਕ ਵੱਡਾ ਜਿਹੜਾ ਨਸ਼ਿਆਂ ਦੇ ਜਿਹੜਾ ਰੈਕਟ ਸੀਗਾ ਉਹਨੂੰ ਅਸੀਂ ਬਸਟ ਕੀਤਾ। ਇਹ ਜਿਹੜੀ ਆਈਸ ਹੁੰਦੀ ਆ ਇਹ ਹੀਰੋਇਨ ਦੇ ਨਾਲੋਂ ਵੱਧ ਐਡਿਕਟਿਵ ਹੁੰਦੀ ਆ, ਕਿਉਂਕਿ ਅਕਸਰ ਹੁਣ ਅਫਗਾਨਿਸਤਾਨ ਦੇ ਵਿੱਚ ਓਪੀਅਮ ਦੀ ਜਿਹੜੀ ਆ ਖੇਤੀ ਆ ਉਹਨੂੰ ਬੈਨ ਕੀਤਾ, ਉਹਦੀ ਲਿਮਿਟਡ ਪ੍ਰੋਡਕਸ਼ਨ ਹੁੰਦੀ ਆ। ਉਸ ਵਜ੍ਹਾ ਕਾਰਨ ਕਰਕੇ ਇਹ ਜਿਹੜੇ ਕੈਮੀਕਲ ਪ੍ਰੋਡਕਟਸ ਤੋਂ ਤਿਆਰ ਕਰਕੇ ਇਹਦੀ ਆਈਸ ਬਣਾਉਂਦੇ ਨੇ ਤੇ ਉਹ ਆਈਸ ਇੱਧਰ ਸਪਲਾਈ ਕਰਦੇ ਨੇ। ਇਸ ਤਰ੍ਹਾਂ ਇਹ 1 ਕਿਲੋ ਆਈਸ ਤੇ 2 ਕਿਲੋ ਹੀਰੋਇਨ ਫੜ ਕੇ ਇਹ ਤਿੰਨੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਫੜ ਕੇ ਇਹਨਾਂ ਵਿਰੁੱਧ ਥਾਣਾ ਛਿਆਟਾ ਦੇ ਵਿੱਚ ਇਹ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਆ। ਇਹ ਮਹਿੰਗਾ ਅਸੀਂ ਇਹਦਾ ਮੁੱਲ ਵਰਕਆਊਟ ਨਹੀਂ ਕਰਦੇ, ਬਟ ਕੰਪੈਰੇਟਿਵਲੀ ਇਹ ਕਿਉਂਕਿ ਕੈਮੀਕਲ ਹੈਗਾ ਇਹ ਆਮ ਫਾਰਮਾ ਜਿਹੜੀਆਂ ਫੈਕਟਰੀਆਂ ਦੇ ਵਿੱਚ ਪ੍ਰੋਡਿਊਸ ਹੋ ਜਾਂਦਾ ਇਹ ਈਜ਼ੀਲੀ ਅਵੇਲੇਬਲ ਆ ਤੇ ਕੰਪੈਰੇਟਿਵਲੀ ਸਸਤਾ। ਉਹ ਉਹਨੂੰ ਉਹ ਸੂਡੋਫੈਡਰੀਨ ਹੁੰਦੀ ਆ, ਉਹ ਫਾਰਮਾ ਦੇ ਵਿੱਚ ਕੰਮ ਆਉਂਦੀ ਆ, ਉਦੋਂ ਮੈਡੀਸਿਨ ਤਿਆਰ ਹੁੰਦੀਆਂ ਨੇ। ਉਹ ਕੈਮੀਕਲ ਹੈ, ਉਸ ਕੈਮੀਕਲ ਤੋਂ ਇਹ ਜਿਹੜੀ ਆਈਸ ਆ ਜਿਹਨੂੰ ਮੈਥੈਫੀਟਾਮਾਈਨ ਕਹਿੰਦੇ ਨੇ ਉਹ ਤਿਆਰ ਕੀਤੀ ਜਾਂਦੀ। ਇਹ ਤੁਸੀਂ ਵਾਰ ਵਾਰ ਕਹਿੰਦੇ ਹੋ ਵੀ ਅਸੀਂ ਸ਼ਾਇਦ ਕਹਿ ਦਿੰਦੇ ਹਾਂ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ। ਇਹ ਜਿਹੜੀ ਓਰਿਜਿਨਲੀ ਜਿਹੜੀ ਅਸੀਂ ਉਹ ਲੇਡੀ ਜਿਹੜੀ ਫੜੀ ਸੀਗੀ ਦਲਜੀਤ ਕੌਰ ਉਦੋਂ 50 ਗ੍ਰਾਮ ਫੜੀ ਸੀ, ਇਹ ਉਹਦੇ ਬੈਕਵਰਡ ਲਿੰਕੇਜ ਟੈਕਨੀਕਲ ਲਿੰਕੇਜ ਤੇ ਫੋਰੈਂਸਿਕ ਐਨਾਲਿਸਿਸ ਫੋਨ ਦਾ ਪੁੱਛਗਿੱਛ ਦਾ ਉਹਦੇ ਆਧਾਰ ਤੇ ਅੱਗੇ ਜਾ ਕੇ ਉਸੇ ਕੰਟੀਨਿਊਸ਼ਨ ਦੇ ਵਿੱਚ ਹੀ ਅਸੀਂ ਇਹ ਜਿਹੜੀ ਸਾਰੀ ਰਿਕਵਰੀ ਕੀਤੀ ਆ। ਹਾਂਜੀ, ਪਹਿਲਾਂ ਜਿਹੜਾ ਅਰਸ਼ਦੀਪ ਆ ਉਹ ਤੇ ਇੱਕ ਮੁਕਦਮਾ ਦਰਜ ਆ ਕਮਰਸ਼ੀਅਲ ਕੁਆਂਟਿਟੀ ਦਾ। ਜਿਹੜਾ ਗੁਰਬਖਸ਼ ਲਾਲਾ ਜਿਹੜਾ ਮੇਨ ਆ ਇਹ ਤੇ ਕਈ ਮਰਡਰ ਦੇ ਵੀ ਆ, NDPS ਦੇ ਪਰਚੇ ਵੀ ਆ, ਇਹਦੋਂ ਸਿਗਟਾਂ ਬੀੜੀਆਂ ਦੇ ਪੈਕਟ ਵੀ ਮਿਲੇ ਨੇ। ਇਹ ਵੱਖ ਵੱਖ ਜੇਲਾਂ ਦੇ ਵਿੱਚ ਰਿਹਾ, ਗੁਰਦਾਸਪੁਰ ਵੀ ਰਿਹਾ, ਅੰਮ੍ਰਿਤਸਰ ਵੀ ਰਿਹਾ। ਇਹ ਫੈਂਕੇ ਲਾ ਕੇ ਉਸ ਆਪਦੇ ਜਿਹੜੇ ਸਾਥੀ ਆ ਜੇਲ੍ਹ ਦੇ ਜਾਂ ਪੈਸੇ ਕਮਾਉਣ ਦੇ ਪਰਪਜ ਨਾਲ ਬਾਹਰੋਂ ਉਹ ਜਿਹੜੇ ਨਸ਼ੇ ਆ ਜਿਹੜੇ ਭਾਵੇਂ ਬੀੜੀਆਂ ਸਿਗਟਾਂ ਉਹ ਵੀ ਜੇਲ੍ਹ ਦੇ ਵਿੱਚ ਸਪਲਾਈ ਕਰਦਾ, ਉਹ ਵੀ ਇਹਦੇ ਕੋਲੋਂ ਰਿਕਵਰ ਹੋਏ। ਹਾਂਜੀ, ਦਲਜੀਤ ਪਹਿਲਾਂ ਦੀ ਗ੍ਰਿਫਤਾਰ ਹੋਈ ਆ, ਜਿਹੜੀ ਅਰਸ਼ ਤੇ ਲਾਲਾ ਇਹ 17 ਤਰੀਕ ਦੇ ਗ੍ਰਿਫਤਾਰ ਹੋਏ। ਇਹ ਫੈਕਟਰੀ ਤੋਂ ਲੈਂਦੇ ਆ ਜੀ,
ਇਹ ਜਿਹੜਾ ਇਸ ਕੇਸ ਦੇ ਵਿੱਚ ਆ, ਇਹ ਅਸੀਂ ਨਹੀਂ, ਇਹ ਪਾਕਿਸਤਾਨ ਦੇ ਵਿੱਚੋਂ ਫੈਕਟਰੀਆਂ ਤੋਂ ਲੈ ਕੇ ਇਹ ਉਧਰੋਂ ਤਿਆਰ ਕਰਕੇ ਉਹਨਾਂ ਨੇ ਇਧਰ ਸਪਲਾਈ ਕੀਤਾ। ਇਹ ਆਪਣਾ ਇੰਡੀਆ ਜਾਂ ਇਥੋਂ ਪੰਜਾਬ ਦਾ ਨਹੀਂ ਹੈਗਾ ਜਿਹੜਾ ਇਹਦੇ ਵਿੱਚ ਆ, ਇਹ ਫੈਕਟਰੀ ਦਾ ਕੈਮੀਕਲ ਹੈਗਾ, ਇਹ ਸਟੋਰਾਂ ਤੋਂ ਨਹੀਂ ਮਿਲਦਾ। ਇਹ ਜਿਹੜਾ ਵੀ ਲੈਂਦਾ ਗਾ ਇਹ ਉਸ ਤਰੀਕੇ ਨਾਲ ਉਹਨਾਂ ਨੇ ਡਾਇਰੈਕਟਲੀ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਕਰਕੇ, ਪਰੰਤੂ ਇਹ ਸਾਡਾ ਨਹੀਂ ਹੈ, ਇਹ ਪਾਕਿਸਤਾਨ ਦਾ ਬਾਹਰੋਂ ਸਪਲਾਈ ਹੋਇਆ ਸਾਰਾ, ਇਹ ਉਧਰੋਂ ਲੈ ਕੇ ਉਧਰ ਤਿਆਰ ਕੀਤਾ। ਹੁਣ ਥੋੜਾ ਜਿਹਾ ਹੀਰੋਇਨ ਦੀ ਕਟੌਤੀ ਤੋਂ ਬਾਅਦ ਥੋੜਾ ਜਿਹਾ ਹੀਰੋਇਨ ਦੇ ਨਾਲ ਨਾਲ ਇਹ ਜਿਹੜੀ ਚੀਜ਼ ਆ, ਇਹ ਜਿਹੜੀ ਆ ਆਈਸ ਆ, ਇਹਦੀ ਸਪਲਾਈ ਥੋੜੀ ਜਿਹੀ ਵੱਧ ਹੋਣ ਲੱਗ ਗਈ ਆ। ਇਹਦਾ ਇੱਕ ਨੁਕਸਾਨ ਇਹ ਆ ਹੀਰੋਇਨ ਦੇ ਨਾਲੋਂ, ਇਹ ਇੱਕ ਵਾਰੀ ਲਓ ਤੇ ਐਡਿਕਟਿਵ ਹੋ ਜਾਂਦਾ, ਇਹ ਜ਼ਿਆਦਾ ਐਡਿਕਟਿਵ ਹੈਗਾ, ਜਿਹੜਾ ਬੰਦਾ ਲੈ ਲੂਗਾ ਮੁੜ ਕੇ ਇਹਦੇ ਬਿਨਾਂ ਰਹਿ ਨਹੀਂ ਸਕਦਾ। ਹੀਰੋਇਨ ਦੀ ਕੰਪੈਰੇਟਿਵਲੀ ਜਿਹੜੀ ਐਡਿਕਟਿਵਨੈਸ ਆ ਇਹਦੇ ਨਾਲੋਂ ਘੱਟ ਆ। ਵੀਹ ਤੋਂ ਨੀ ਬਾਹਰ, ਇਹ ਮਾਰਚ 24 ਚ ਬਾਹਰ ਆਇਆ, ਇਹ 20 ਦੇ ਵਿੱਚ ਅੰਦਰ ਗਿਆ ਸੀ, ਉਹ ਤੋਂ ਬਾਅਦ ਇਹਦੇ ਕਈ ਕਈ ਪਰਚੇ ਨੇ, ਕੋਈ ਮਰਡਰ ਦੇ ਵੀ ਨੇ, ਹੋਰ ਵੀ ਨੇ। ਇਹ ਮਾਰਚ 24 ਦੇ ਵਿੱਚ ਬਾਹਰ ਆਇਆ ਸੀ, 6 ਤੋਂ 6 ਤੋਂ। ਇਹ ਦੋਨੇ ਆਪ ਹੀ ਆ ਜਿਹੜੇ ਇਹਦਾ, ਕਿਉਂਕਿ ਗੁਰਬਖਸ਼ ਵਾਲੇ ਦਾ ਪਾਕਿਸਤਾਨ ਚ ਕੰਟੈਕਟ ਸੀਗਾ, ਉਹਦੇ ਕੰਟੈਕਟ ਦੇ ਆਧਾਰ ਤੇ ਇਹ ਆਪ ਹੀ ਉਥੋਂ ਗਾਹ ਲੈ ਕੇ ਆਉਂਦੇ ਸੀ। ਹਾਂਜੀ, ਸਾਡੀ ਇਨਵੈਸਟੀਗੇਸ਼ਨ ਦੇ ਅਸੀਂ ਕਰ ਰਹੇ ਹਾਂ, ਫਰਦਰ ਇਹਨੂੰ ਐਕਸਪਲੋਰ ਕਰ ਰਹੇ ਹਾਂ, ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਕਾਬੂ ਕਰਾਂਗੇ। ਹਾਂਜੀ, ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ, ਅਸੀਂ ਟੈਕਨੀਕਲੀ ਫੋਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਹਾਂ। ਹਾਂਜੀ, ਹੈਗੇ ਆ, ਹੈ ਤੁਹਾਡੇ ਕੋਲ ਨੰਬਰ, ਹੈ ਕੰਟੈਕਟ ਹੈ। ਫੋਨ ਤਾਂ ਕਮਿਊਨੀਕੇਸ਼ਨ ਫ੍ਰੀ ਆ, ਕੋਈ ਵੀ ਕਿਤੇ ਵੀ ਗੱਲ ਕਰ ਸਕਦਾ। ਤੁਸੀਂ ਸਾਈਬਰ ਸੈੱਲ ਤਾਂ ਹੋਣਗੇ, ਤੁਸੀਂ ਕੋਈ ਵੀ ਫੋਨ ਆ ਕਿਤੇ ਵੀ ਕੰਟਰੀ ਚ ਗੱਲ ਕਰਨੀ, ਤੁਹਾਨੂੰ ਆਜ਼ਾਦੀ ਕਰ ਸਕਦੇ ਹੋ ਗੱਲ। ਇੰਨੇ ਜਿਹੜੇ ਸੋਫਟਵੇਅਰ ਆ, ਇੰਨੇ ਉਹ ਹੈਗੇ, ਵਟਸਐਪ ਹੈਗੇ ਆ, ਐਪਸ ਹੈਗੇ ਆ, ਉੱਥੇ ਕਿਸੇ ਦੀ ਵੀ ਕੋਈ ਵੀ ਗੱਲ ਕਰ ਸਕਦਾ। ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਿਮੀਨਲ ਲੋਕਾਂ ਨੂੰ ਥੋੜੀ ਜਿਹੀ ਹੈਲਪ ਮਿਲੀ ਆ, ਜਿਹੜੇ ਕਿ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਸੌਖਾ ਕਰ ਲੈਂਦੇ। ਡੈਫੀਨੇਟਲੀ ਚੈਲੇਂਜਸ ਤਾਂ ਹਰ ਚੀਜ਼ ਦੇ ਹੈਗੇ ਨੇ, ਹੈਗੇ ਨੇ, ਦੈਟ ਇਜ਼ ਦੇ। ਉਹਨਾਂ ਉਹ ਜਿਹੜੀਆਂ ਲੜਕੀਆਂ ਸੀ, ਉਹਨਾਂ ਚੋਂ ਸਾਨੂੰ 2 ਜ਼ਖਮੀ ਹੋਈਆਂ ਸੀ, 3 ਮਿਲ ਗਈਆਂ ਸੀ, ਫੜੀਆਂ ਗਈਆਂ ਸੀ। ਉਹਨਾਂ ਚੋਂ 4 ਦੇ ਸਾਨੂੰ ਫੋਰਨ ਦੇ ਪਾਸਪੋਰਟ ਆ ਜਿਹੜੇ ਮਿਲ ਗਏ ਸੀ। ਉਹ ਪੁਰਾਣੀ ਵੀਡੀਓ ਆ ਜੀ, ਉਹ ਮੌਜੂਦਾ ਵੀਡੀਓ ਨਹੀਂ ਹੈਗੀ, ਉਹ ਪੁਰਾਣੀ ਆ। ਵਾਰ ਵਾਰ ਕੁਛ ਸ਼ਰਾਰਤ ਦੇ ਤੌਰ ਤੇ ਐਵੇਂ ਕੋਈ ਪੁਲਿਸ ਨੂੰ ਗੁੰਮਰਾਹ ਕਰਦੇ, ਤੇ ਨੰਬਰ 2 ਉਹਦੇ ਚ ਜੋ ਉਹ ਅਲੈਜ ਕਰ ਰਹੇ ਨੇ ਵੀ ਉਹ ਵਰਦੀ ਦੇ ਵਿੱਚ ਨਸ਼ਾ ਪੀ ਰਹੇ ਨੇ, ਉਹਦੇ ਚ ਸਾਹਮਣੇ ਕੋਈ ਨਸ਼ਾ ਵੀ ਜ਼ਰਾ ਤੌਰ ਤੇ ਨਜ਼ਰ ਨਹੀਂ ਆਉਂਦਾ। ਉਹ ਬਾਹਰ ਦੇ ਡਿਸਟ੍ਰਿਕਟ ਦੇ ਕੋਈ ਬਾਹਰ ਦੇ ਕਰਮਚਾਰੀ ਨੇ, ਜਾਂਦੇ ਆਉਂਦੇ ਕਿਤੇ ਖਾਣਾ ਖਾ ਰਹੇ ਸੀਗੇ, ਤੇ ਇਹ ਨੋਰਮਲੀ ਇੱਕ ਸੁਭਾਅ ਜਿਹਾ ਹੈਗਾ ਕਿ ਹਰ ਚੀਜ਼ ਨੂੰ ਐਕਸਪਲੋਇਟ ਕਰਕੇ ਹਮੇਸ਼ਾ ਹੀ, ਮਤਲਬ ਭਾਵੇਂ ਕਿਸੇ ਨੂੰ ਵੀ, ਐਡਮਿਨਿਸਟ੍ਰੇਸ਼ਨ ਨੂੰ, ਪੁਲਿਸ ਨੂੰ ਇੱਕ ਚੀਜ਼ ਦਾ ਬਦਨਾਮ ਕਰਨ ਦਾ, ਕਈਆਂ ਦਾ ਕੰਮ ਹੀ ਇਹ ਹੁੰਦਾ, ਇਹ ਜੀ ਵੀਡੀਓ ਪਾ ਦਈਏ, ਵਾਰ ਵਾਰ ਪਾ ਦਈਏ। ਇਸੇ ਤਰ੍ਹਾਂ ਕੁਛ ਨਸ਼ਿਆਂ ਦੀਆਂ ਹੈਗੀਆਂ ਇੱਥੇ,
ਕੋਈ ਕਹਿੰਦੇ ਲੜਕੀਆਂ ਜਾਂ ਹੋਰ ਆ, ਉਹ ਅਸੀਂ ਕਈ ਵੈਰੀਫਾਈ ਕੀਤੀਆਂ, ਉਹ ਪੁਰਾਣੀਆਂ ਵੀਡੀਓਜ਼ ਹੀ ਆ, ਬਾਰਾ ਰਿਪੀਟਡਲੀ ਆਪਦੇ ਆਪ ਨੂੰ ਮਤਲਬ ਫੇਮ ਦੇ ਵਿੱਚ ਆਉਣ ਲਈ ਉਹ ਨਾਰਮਲੀ ਇਦਾਂ ਦਾ ਕੰਮ ਕਰ ਦਿੰਦੇ ਨੇ। ਉਹਨਾਂ ਨੂੰ ਉਹ ਤੁਸੀਂ ਪੱਤਰਕਾਰਾਂ ਭਾਈਚਾਰੇ ਹੈਗੇ ਆ, ਮੀਡੀਆ ਹੈਗੇ, ਤੁਸੀਂ ਆਪਣੇ ਆਪ ਹੀ ਉਸ ਬੰਦਿਆਂ ਨੂੰ ਗਰਵ ਕਰ ਦੋ, ਉਹਨਾਂ ਨੂੰ ਕਰਦੇ।